ਮੁਸੇਵਾਲੇ ਦੇ ਕਤਲ ਮਾਮਲੇ 'ਚ ਫੋਰਸਿੰਗ ਜਾਂਚ ਜਿਹੜੀ ਹੈ ਉਹ ਕੰਪਲੀਟ ਹੋ ਚੁੱਕੀ ਹੈ ਜਿਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿ ਦੇਖਣ ਨੂੰ ਮਿਲੀਆਂ ਨੇ ਜੋ ਕਿ ਝੋਕਾ ਕੇ ਰੱਖ ਦੇਣ ਵਾਲੀਆਂ ਨੇ ਸਿੱਧੂ ਮੁਸੇਵਾਲੇ ਦੇ ਕਤਲ ਫੋਰਸਿੰਗ ਜਾਂਚ ਜਿਹੜੀ ਹੈ ਉਹ ਵੱਡਾ ਖੁਲਾਸਾ ਕਰ ਰਹੀ ਹੈ ਜਿੱਥੇ ਕਿ ਸ਼ੂਟਰ ਰੂਪਾ ਤੇ ਖੁਸਾ ਤੋਂ ਬਰਾਮਤ ਹਥਿਆਰਾਂ ਨਾਲ ਹੀ ਸਿੱਧੂ ਮੁਸੇਵਾਲੇ ਤੇ ਫਾਇਰ ਹੋਏ ਨੇ ਇਹ ਗੱਲ ਦੁੱਧ ਦੇ ਵਾਂਗੂ ਸਾਫ਼ ਹੋ ਚੁੱਕੀ ਹੈ AK47 ਤੇ 9MM ਦੇ ਪਿਸਤੌਲ ਨਾਲ ਕੀਤੇ ਗਏ ਸੀ ਫਾਇਰ ਇਹ ਗੱਲ ਵੀ ਫੋਰਸ ਦੇ ਮੁਤਾਬਕ ਅਨਕਾਉਂਟਰ ਵਾਲੀ ਥਾਂ ਤੋਂ ਇਹ ਹਥਿਆਰ ਜਿਹੜੇ ਨੇ ਬਰਾਮਦ ਹੋਏ ਨੇ ਜਿਸ ਦੇ ਨਾਲ ਸਿੱਧੂ ਮੁਸੇਵਾਲੇ ਦੇ ਸ਼ਾਰਪ ਸ਼ੂਟਰ ਜਿਹੜੇ ਕਾਤਲ ਸੀ ਜਗਰੂਪ ਰੂਪਾ ਤੇ ਮੰਨੂ ਖੁੱਸਾ ਦਾ ਅਨਕਾਉਂਟਰ ਕੀਤਾ ਗਿਆ ਸੀ ਪਿੰਡ ਭਕੜਾ ਦੇ ਵਿੱਚ ਉਥੋਂ ਹਥਿਆਰ ਬਰਾਮਦ ਹੋਏ ਸੀ AK47 ਤੇ 9MM ਦੇ ਪਿਸਤੌਲ ਨਾਲ ਜਿਹੜਾ ਕਤਲ ਕੀਤਾ ਗਿਆ ਸੀ ਉਹਦੇ ਵਿੱਚ ਸਿੱਧੂ ਮੂਸੇਵਾਲੇ ਦੇ ਕਤਲ ਦੇ ਵਿੱਚ ਇਹ ਜਿਹੜੇ ਹਥਿਆਰ ਸੀ ਇਹ ਵਰਤੇ ਗਏ ਸੀ ਇਹ ਗੱਲ ਸਾਫ਼ ਹੋ ਚੁੱਕੀ ਹੈ ਦੱਸਣਾ ਚਾਹਾਂਗੇ ਇਸ ਕਤਲ ਦੀ ਜ਼ਿੰਮੇਵਾਰੀ ਭਾਵੇਂ 골ਡੀ ਬਰਾੜ ਦੇ ਵੱਲੋਂ ਲਈ ਗਈ ਸੀ 골ਡੀ ਬਰਾੜ ਨੇ ਇਸ ਕਤਲ ਦੀ ਜ਼ਿੰਮੇਵਾਰੀ ਲੈ ਕੇ ਆਪਣੇ ਵੱਲੋਂ ਸਪਸ਼ਟ ਕਰ ਦਿੱਤਾ ਸੀ ਕਿ ਸਿੱਧੂ ਦਾ ਕਤਲ ਅਸੀਂ ਹੀ ਕੀਤਾ ਹੈ ਫਿਲਹਾਲ ਉਹਨਾਂ ਦੋ ਹਥਿਆਰਬੰਦ ਲੋਕਾਂ ਦਾ ਪੁਲਿਸ ਵੱਲੋਂ ਜਦੋਂ ਐਨਕਾਊਂਟਰ ਕੀਤਾ ਗਿਆ ਉਹਨਾਂ ਦੇ ਕੋਲੋਂ ਜੋ ਹਥਿਆਰ ਬਰਾਮਦ ਹੋਏ ਸੀ ਉਹ ਹਥਿਆਰ ਮਿਲਣ ਦੇ ਨਾਲ ਵੱਡਾ ਖੁਲਾਸਾ ਵੀ ਹੋਇਆ ਹੈ ਤੇ ਉਹ ਹਥਿਆਰ ਸਿੱਧੂ ਦੇ ਕਤਲ ਵਿੱਚ ਵਰਤੇ ਗਏ ਨੇ ਇਹ ਗੱਲ ਸਾਫ਼ ਹੋ ਚੁੱਕੀ ਹੈ ਦੂਜੇ ਪਾਸੇ ਦੱਸਣਾ ਚਾਹਾਂਗੇ ਸਿੱਧੂ ਦੇ ਕਤਲ ਵਿੱਚ ਵਰਤੇ ਗਏ ਹਥਿਆਰ ਪੁਲਿਸ ਨੇ ਆਪਣੇ ਮਾਮਲੇ ਦੇ ਵਿੱਚ ਲੈ ਲਈ ਸੀ ਜਿੱਥੇ ਕਿ ਫੋਰਸਿੰਗ ਜਾਂਚ ਜਿਹੜੀ ਹੈ ਉਹਨਾਂ ਨੇ ਉਹਨਾਂ ਦੀ ਕਰਵਾਈ ਜਾ ਚੁੱਕੀ ਹੈ ਇਹ ਗੱਲ ਸਾਫ਼ ਹੋ ਚੁੱਕੀ ਹੈ ਕਿ ਉਹ ਹਥਿਆਰ ਸਿੱਧੂ ਦੇ ਕਤਲ ਵਿੱਚ ਉਸਦੇ ਵਰਤੇ ਗਏ ਸੀ ਜਦੋਂ ਕਿ 29 ਮਈ ਨੂੰ ਸਿੱਧੂ ਮੂਸੇਵਾਲੇ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਜੋ ਕਿ ਉਕਤ ਹਮਲਾਵਰ ਉਥੋਂ ਮੌਕੇ ਤੇ ਫਰਾਰ ਹੋ ਗਏ ਸੀ ਉਹਨਾਂ ਸਬੰਧੀ ਚਰਚਾ ਜਿਹੜੀ ਹੈ ਉਹ ਚੱਲ ਰਹੀ ਹੈ ਨਿਊ ਅਪਡੇਟ ਲੈ ਕੇ ਜਲਦੀ ਹੀ ਆਵਾਂਗੇ ਉਦੋਂ ਤੱਕ ਦੇ ਲਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ